ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ, ਮੈਂ ਦਿਲਾਵਰ ਬਸਰਾ, ਉਮੀਦ ਕਰਨਾ ਤੁਸੀਂ ਠੀਕ ਠਾਕ ਹੋਗੇ। ਅੱਜ ਦਾ ਵਲੋਗ ਕਰਨਾ ਸਟਾਰਟ ਅਤੇ ਅੱਜ ਅਸੀਂ ਜਾ ਰਹੇ ਹਾਂ ਫਿਰ ਆਪਣੇ ਅੰਮੀ ਅੱਬੂ ਕੋਲ, ਬਾਈ ਸਾਹਿਬ ਰੋੜੀ। ਕੱਲ੍ਹ ਦੇ ਆਏ ਨੇ, ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਉਹ ਚਲੇ ਗਏ ਨੇ ਅਤੇ ਉਹ ਕਹਿੰਦੇ ਸਾਡੇ ਮਗਰ ਮਗਰ ਆ ਜਾਓ, ਅਤੇ ਅਸੀਂ ਰਾਤੀ ਥੋੜ੍ਹੇ ਲੇਟ ਹੋ ਗਏ ਨੇ, ਹੁਣ ਫਸਟ ਟਾਈਮ ਚੱਲੇ ਹਾਂ। ਮਤਲਬ ਕੋਈ ਸਾਰੀ ਫੈਮਿਲੀ ਤਿਆਰ ਹੋ ਗਈ, ਚਲੋ ਬੈਠੋ ਗੱਡੀ ਚੱਲੀ। ਚਲੋ ਜੀ ਚੱਲੇ ਸਰ ਚੱਕ, ਅਤੇ ਮੈਂ ਕਿਹਾ ਪਹਿਲੇ ਹਵਾ ਚੈੱਕ ਕਰਵਾ ਲਈਏ ਕਿਉਂਕਿ ਅੱਜ ਹੋਣ ਵਾਲੀ ਵੀਡੀਓ ਬੜੀ ਦਿਲਚਸਪ। ਅਤੇ ਮੇਰੇ ਚੈਨਲ ਜਿਹਨੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਨੂੰ ਜਲਦੀ ਜਲਦੀ ਕਰ ਲਓ ਸਬਸਕ੍ਰਾਈਬ, ਕਿਉਂਕਿ ਅੱਜ ਵਾਲੀ ਵੀਡੀਓ ਬੜੀ ਦਿਲਚਸਪ ਹੋਣ ਵਾਲੀ, ਕਿਉਂਕਿ ਜ਼ਹੇਬ ਬਾਈ ਸੁਦਾਗਰ ਉਹਨਾਂ ਨਾਲ ਹੋਣ ਵਾਲਾ ਗੱਡੀ ਦਾ ਮੁਕਾਬਲਾ। ਅਤੇ ਗੱਡੀ ਹਵਾ ਮੈਂ ਕਿਹਾ ਚੈੱਕ ਕਰਵਾ ਲਈ, ਹਵਾ ਚੈੱਕ ਕਰਕੇ ਫਿਰ ਚੱਲ ਰਿਹਾ ਸਾਰਾ ਸਾਰਾ ਡਾਣਾ ਜੋ ਹਵਾ ਚੈੱਕ ਕਰਦੀ। ਚਲੋ ਜੀ ਹਵਾ ਹੋ ਗਈ ਚਾਰਾਂ ਚੱਕਾਂ ਚੈੱਕ, ਅਤੇ ਹੁਣ ਚੱਲਦੇ ਹਾਂ ਬਾਈ ਸਾਹਿਬ ਨੂੰ ਵੇਟ ਕਰਨ ਦੇ। ਹੋ ਗਈ ਚਾਰਾਂ ਟਾਇਰਾਂ 'ਚ, ਇਹਨਾਂ ਦਾ ਹੋ ਗਿਆ ਪੈਟਰੋਲ ਖਤਮ, ਅਤੇ ਹੁਣ ਲਾ ਰਹੇ ਧੱਕਾ। ਚਲੋ ਜੀ ਜਾ ਰਹੇ ਨੇ ਰਸਤੇ 'ਤੇ, ਰਸਤੇ ਅੱਗੇ ਉੱਧਰ ਗੱਡੀ ਸੀ, ਅਤੇ ਇੱਧਰ ਉਹ ਜਿਹੜਾ ਉਹ ਸਾਨ ਮੋਟਰਸਾਈਕਲਾਂ ਨੇ ਖਿੱਚ ਕੇ ਅੱਗੇ ਬ੍ਰੇਕ ਮਾਰੀ, ਅਤੇ ਉਹਦੇ ਵਿੱਚ ਗੱਡੀ ਵਿੱਚ ਹੀ ਐਕਸੀਡੈਂਟ ਹੋ ਗਿਆ। ਚਲੋ ਜੀ ਗੱਡੀ ਦਾ ਹੋ ਗਿਆ ਨੁਕਸਾਨ, ਹੋ ਗਿਆ ਐਕਸੀਡੈਂਟ ਰਸਤੇ 'ਚ ਆਉਂਦੇ ਹੋਏ, ਅਤੇ ਜਿਹੜਾ ਨਾ ਬਾਈ ਸਾਹਿਬ ਵੀ ਕਹਿਣ ਡੇ ਵੀ ਤੁਹਾਨੂੰ ਲੈਣ ਵਾਸਤੇ ਆਈਏ, ਅਤੇ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਨਾ ਆਓ, ਅਸੀਂ ਆਹ ਉੱਪਰ ਦਾ ਜ਼ਿਆਦਾ ਨੁਕਸਾਨ ਹੋ ਗਿਆ। ਚਲੋ ਜੀ ਆ ਬੰਦੇ ਕੋਲ ਰਿਸੀਵ ਕਰਨ ਵਾਸਤੇ ਆਏ ਨੇ, ਹੁਣ ਬਸ ਮੋਟਰਸਾਈਕਲ ਵੱਜ ਗਈ ਵਿੱਚ ਆ। ਚਲੋ ਜੀ ਚੱਕ ਕੇ ਪਹੁੰਚ, ਅਤੇ ਬਾਈ ਜਹੇਬ ਹੋਰੀ ਜਿਹੜਾ ਨਾ ਉਹ ਕਰਨ ਡੇ ਨੇ, ਖਰਸਾ ਰਹੇ ਨੇ ਫਿਲਮਾਂ, ਉਹ ਟੁੱਟ ਗਿਆ ਉਹਦਾ ਕੀ ਕਰਾਂਗੇ, ਟੁੱਟ ਗਿਆ। ਚਲੋ ਜੀ ਹੁਣ ਪਹੁੰਚ ਗਿਆ ਆਪਣੇ ਚੱਕ, ਸਭ ਤੋਂ ਪਹਿਲਾਂ ਅੰਮੀ ਅੱਬੂ ਨੂੰ, ਅਤੇ ਜਹੇਬ ਹੋਰਾਂ ਨੂੰ ਰਸਤੇ 'ਚ ਮਿਲ ਲਿਆ ਸੀ, ਉਹ ਟੈਨਸ਼ਨ ਦੇ ਵਿੱਚ ਕੋਈ ਮਿਲਣਾ ਸੁੱਝਿਆ ਹੀ ਨਹੀਂ। ਅੱਲਾ ਪਾਕ ਦਾ ਕਰਮ, ਪਸੀਨਾ ਬੜਾ ਆਇਆ, ਪੱਖਾ ਨਹੀਂ ਚੱਲਦਾ, ਪਸੀਨਾ ਪੱਖਾ ਨਹੀਂ ਚੱਲਦਾ, ਤੁਹਾਡੀ ਸੁਣ ਕੇ ਪਸੀਨਾ ਆ ਗਿਆ। ਦਾਦੀ ਮੂੰਹ ਚੁੰਮ ਲਿਆ, ਇਹ ਕੀ ਲਾਡਲਾ ਪੁੱਤਰ ਹੈ, ਹਾਏ ਲਾਡਲਾ ਪੁੱਤਰ ਟੁੱਟੀ ਹੈ ਗੱਡੀ, ਪਤਾ ਕੀ ਹੋਇਆ, ਝਾੜੀ ਸਹੀ ਹੈ, ਝਾੜੀ ਵੀ ਟੁੱਟੀ, ਕਾਲਾ ਭਲਾ ਝਾੜੀ ਝਾੜੀ ਬੰਦ ਹੈ, ਝਾੜੀ ਨੀ ਟੁੱਟੀ, ਝਾੜੀ ਨੀ ਟੁੱਟੀ, ਕਿਹਦਾ ਨਾਮ ਲੱਗਿਆ ਕਾਰ ਹੈ,
ਸਾਡੀ ਉੱਥੋਂ ਸਹੀ ਹੈ। ਕਿੰਨਾ ਦੀ ਟੁੱਟੀ ਹੈ? ਕਿੰਨਾ ਦੀ ਟੁੱਟੀ ਹੈ? ਕਿੰਨਾ ਦੀ ਗੱਡੀ ਟੁੱਟੀ ਹੈ? ਆਪਣੇ ਭਤੀਜੇ ਨੇ ਕੰਮ ਚੈੱਕ ਕਰ, ਆਪਣੇ ਭਤੀਜੇ ਨੇ ਕੰਮ ਚੈੱਕ ਕਰ। ਉਹ ਸਾਡੇ ਗੱਡੀਆਂ ਨੂੰ ਪੀਪੇ ਕਹਿੰਦਾ ਪਿਆ, ਉਹ ਪੀਪਾ ਅੱਗੇ ਸਟਾਰਟ ਹੀ ਹੁੰਦਾ ਪਿਆ ਸੀ। ਸਾਡੀਆਂ ਗੱਡੀਆਂ ਨੂੰ ਪੀਪੇ, ਆਪਣੀ ਪੀਪੇ ਨੂੰ ਪੀਪੇ ਨੀ ਆਉਂਦਾ, ਪੀਪੇ ਨੀ ਸਾਡੀ ਰਾਣੀ ਹੈ, ਪੀਪਾ ਹੈ। ਉਹ ਇਹ ਗੱਲ ਸੁਣ, ਉਹ ਕਾਲਾ ਫੇਰ ਕੇ ਆਉਂਦੀ ਵੈ, ਉਹ ਪੀਪੇ ਨੂੰ ਧੱਕਾ ਲਾਇਆ। ਪੀਪਿਆਂ ਨੂੰ ਲੋਕ ਧੱਕੇ ਲੈਂਦੇ ਨੇ, ਸਟਾਰਟ ਕੀਤੀ ਫਿਰ ਨਹੀਂ ਹੋਈ। ਪੀਪਿਆਂ ਨੂੰ ਲੋਕ ਧੱਕਾ ਲੈਂਦੇ ਨੇ, ਪੀਪਿਆਂ ਨੂੰ ਲੋਕੀ ਚੁੱਕ ਲੈਂਦੇ ਨੇ। ਪੀਪੇ ਦੇ ਢੱਕਣ ਖੁੱਲੇ ਫਿਰਦੇ, ਆਵੇ ਆਵੇ ਆਵੇ, ਤੁਹਾਡੇ ਲਾਕ ਨੀ ਹੁੰਦਾ। ਲਾਕ ਤਾਂ ਯਾਰ ਹੁਣ ਕਿੱਥੇ ਪਤਾ, ਲਾਕ ਖੋਲੇ ਤੇਲ ਪਾਵੇ, ਤੁਸੀਂ ਫਿਰ ਕੌਣ ਕਰੇ। ਇੱਧਰ ਚੈੱਕ ਕਰੋ, ਜ਼ਹਿਰ ਦਾ ਪੀਪਾ ਜਿਹੜਾ ਨਾ ਉਹ ਵਿੱਚ ਪੈ ਕੇ, ਪਤਾ ਨੀ 2 ਮਿੰਟ ਸੋਚਾ ਕੀਤਾ ਤੇ ਉਹ ਬੈਟਰੀ ਖਤਮ ਹੋ ਗਈ। ਪੀਪਿਆਂ ਦੀ ਬੈਟਰੀ ਇੰਜ ਹੀ ਕੱਢਦੀ ਹੈ ਯਾਰ, ਗੱਲ ਪਾਵਰਫੁਲ ਹੋਏ ਤੇ ਚਾਰਜ ਨਾ ਹੋਏ। ਵੇਖਿਆ ਵੇਖਿਆ ਜੀ, ਉਹ ਪੀਪੇ ਪੀਪੇ ਦੀ ਬੈਟਰੀ ਬੋਲ ਨਹੀਂ ਪੀਪਿਆਂ ਨੂੰ ਬੈਟਰੀਆਂ। ਚਲੋ ਜੀ ਹੁਣ ਹੋ ਗਈ ਤਿਆਰੀ, ਹੁਣ ਚੱਲੇ ਸ਼ਹਿਰ ਤੇ। ਜ਼ੇਬਾ ਪੀਪਾ ਜਿਹੜਾ ਬਾਹਰ ਖੜਾ ਤੇ ਮੈਂ ਆਪਣੀ ਗੱਡੀ ਕੱਢਦਾ, ਤੇ ਬਾਈ ਸਦਾਗਰ ਜਿਹੜਾ ਉਹ ਵੀ ਆਪਣੀ ਗੱਡੀ ਕੱਢਦਾ, ਫਿਰ ਚੱਲਦੇ ਆ ਸ਼ਹਿਰ। ਚਲੋ ਜੀ ਚੱਲੇ ਹੁਣ ਸ਼ਹਿਰ ਅਸੀਂ, ਤੇ ਜ਼ਹੇਬ ਹੋਰਾਂ ਨੇ ਆਪਣਾ ਪੀਪਾ ਲਾ ਰਿਹਾ ਅੱਗੇ, ਤੇ ਮੇਰਾ ਜਿਹੜੀ ਲਾਡੋ ਜਿਹੜੀ ਪਿੱਛੇ ਆ। ਹੈਲੋ, ਉਹ ਭਾਈ ਪੀਪੇ ਨੂੰ ਤੋੜੋ, ਗਾ ਪੀਪੇ ਨੂੰ ਗਾ ਤੋੜੋ, ਪੀਪਾ ਨਹੀਂ ਤੋੜੇ ਰਾਣੀ ਤੋੜੋ ਜੀ ਪੀਪੇ। ਓਏ ਬਾਏ ਬਾਏ ਕਰ ਦਿੱਤਾ ਇਹਨੂੰ, ਬਾਏ ਬਾਏ। ਅੱਛਾ ਆ ਜਾਓ ਫਿਰ, ਪੀਪਾ ਚਲ ਤੋੜੋ ਤੋੜੋ, ਪੀਪੇ ਨੂੰ ਤੋੜੋ। ਚਲੋ ਜੀ ਉਹ ਸਾਹਮਣੇ ਬਾਈ ਸਾਬਰ ਹੋਰਾਂ ਨੇ ਗੱਡੀ ਖੜੀ ਕੀਤੀ ਹੈ, ਤਾਂ ਉੱਥੇ ਅਸੀਂ ਵੀ ਜਾ ਕੇ ਖੜੀ ਕਰਦੇ ਹਾਂ। ਉਰਲੀ ਸਾਈਡ ਤਾਂ ਆਪਣੀ ਆਪਣੀ ਦੁਕਾਨ ਕੇ ਕਰਿਓ। ਹੋਰ ਅੱਗੇ ਜਾਣ ਦੇ, ਥੋੜ੍ਹੀ ਹੌਲੀ ਹੋਰ ਅੱਗੇ ਜਾਣ ਦੇ, ਹੋਰ ਥੋੜ੍ਹੀ ਅੱਗੇ ਜਾਣ ਦੇ। ਚਲੋ ਜੀ ਹੁਣ ਪਹੁੰਚ ਗਏ ਸ਼ਹਿਰ। ਇਹਨਾਂ ਮੇਰੇ ਕੜਾਕੇ ਕੱਢਿਆ ਕਰ ਮਾਮੂ। ਚਲੋ ਜੀ ਘਰੋਂ ਤੇ ਅਸੀਂ ਆਏ ਸਾਂ, ਬੜੀ ਸਪੀਡੋ ਸਪੀਡ ਆ ਰਹੇ ਸਾਂ ਵੀ ਜਾ ਕੇ ਨਾ ਜ਼ਹੇਬ ਨਾਲ ਅਤੇ ਬਾਈ ਸੁਦਾਗਰ ਨਾਲ ਲਾਣੀ ਰੇਸ, ਅਤੇ ਸਾਡੀ ਗੱਡੀਆਂ ਦਾ ਹੁਣ ਅਸੀਂ ਮੁਕਾਬਲਾ। ਪਲੈਨ ਆਇਆ ਸੀ ਸਾਡਾ ਕਿ ਅੱਜ ਗੱਡੀਆਂ ਦਾ ਮੁਕਾਬਲਾ ਹੋਏਗਾ, ਅਤੇ ਰਸਤੇ 'ਚ ਆਉਂਦਿਆਂ ਹੋਇਆ ਨਾ ਮੇਰੀ ਗੱਡੀ ਦਾ ਹੋ ਗਿਆ ਛੋਟਾ ਜਿਹਾ ਐਕਸੀਡੈਂਟ ਹੋ ਗਿਆ। ਅੱਲਾ ਨੇ ਬੜਾ ਨਾ ਬਚਾ ਲਿਆ, ਮੋਟਰਸਾਈਕਲ ਵੀ ਬਚ ਗਿਆ, ਉਹਦਾ ਵੀ ਥੋੜ੍ਹਾ ਜਿਹਾ ਨੁਕਸਾਨ ਹੋਇਆ, ਅਤੇ ਸਾਡੀ ਗੱਡੀ ਦਾ ਵੀ ਥੋੜ੍ਹਾ ਜਿਹਾ ਬੰਪਰ ਦੀ ਨੁੱਕਰ ਦੀ ਉਹ ਡੈਮੇਜ ਹੋਈ ਹੈ, ਅਤੇ ਅੱਲਾ ਨੇ ਬੜਾ ਨਾ ਮਹਿਫੂਜ਼ ਰੱਖਿਆ, ਅੱਲਾ ਤਾਲਾ ਦਾ ਬੜਾ ਸ਼ੁਕਰ ਹੈ। ਅਤੇ ਹੁਣ ਚੱਲੇ ਹਾਂ ਅਸੀਂ ਸ਼ਹਿਰ, ਸ਼ਹਿਰ ਜਾ ਕੇ ਗੱਡੀ ਕਰਾਉਂਦੇ ਹਾਂ ਸੈੱਟ, ਅਤੇ ਗੱਡੀ ਟੈਨਸ਼ਨ ਨਹੀਂ ਲੈਣੀ, ਗੱਡੀ ਪੂਰੀ ਠੀਕ ਕਰਵਾ ਕੇ ਪੈਂਟ ਕਢਵਾ ਕੇ ਉਹਦਾ ਪੈਂਟ ਕਰਵਾ ਕੇ, ਅਤੇ ਫਿਰ ਹੋਏਗਾ ਸੁਦਾਗਰ ਨਾਲ ਅਤੇ ਜ਼ਹੇਬ ਵਾਲੇ ਪੀਪੇ ਨਾਲ ਮੁਕਾਬਲਾ।
ਤੇ ਫਿਰ ਆਉਣਗੇ ਮਜ਼ੇ। ਤੇ ਇਹ ਸੀ ਮੇਰਾ ਅੱਜ ਦਾ ਵਲੋਗ, ਉਮੀਦ ਕਰਨਾ ਤੁਹਾਨੂੰ ਚੰਗਾ ਲੱਗਾ ਹੈਗਾ। ਚੰਗਾ ਲੱਗਾ ਤਾਂ ਲਾਈਕ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਨਾਲ, ਤੇ ਨਾਲੇ ਮੇਰੇ ਲਾਡਲਾ ਜੱਟ ਵਲੋਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਹੁਣ ਮਿਲਾਂਗੇ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।